ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਸਮਾਪਤੀ ਸਮਾਰੋਹ 'ਤੇ ਜਿਮਨਾਸਟਿਕ ਦੇ ਬੱਚਿਆਂ ਨੇ ਲਾਈਆਂ ਰੌਣਕਾਂ ਅਤੇ ਕਮਿਸ਼ਨਰ ਫਰੀਦਕੋਟ ਪਹੁੰਚੇ ਮੁੱਖ ਮਹਿਮਾਨ ਦੇ ਤੌਰ 'ਤੇ ਵੰਡੇ ਉਹਨਾਂ ਵੱਲੋਂ ਇਨਾਮ। ਇਸ ਮੌਕੇ ਕਮਿਸ਼ਨਰ ਫਰੀਦਕੋਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਜੋ ਇਹ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਰਹੀ ਹੈ, ਇਸ ਦੇ ਨਾਲ ਸਾਡੇ ਬੱਚੇ ਡਰੱਗ ਤੋਂ ਬਚੇ ਰਹਿਣਗੇ ਅਤੇ ਇਹ ਬਹੁਤ ਹੀ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ। ਇੱਥੇ ਉਹਨਾਂ ਦੇ ਨਾਲ ਬਠਿੰਡਾ ਦੇ ਡਿਪਟੀ ਕਮਿਸ਼ਨਰ ਸੌਖਤੈਨ ਦੁਪਰੇ ਅਤੇ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਵੀ ਸ਼ਾਮਿਲ ਸਨ। ਇਸ ਮੌਕੇ ਉਹਨਾਂ ਨੇ ਇੱਥੇ ਆਏ ਸਾਰੇ ਖਿਡਾਰੀਆਂ ਨੂੰ ਇਨਾਮ ਵੰਡੇ। ਤੁਸੀਂ ਦੇਖ ਰਹੇ ਹੋ ਤਸਵੀਰਾਂ, ਕਮਿਸ਼ਨਰ ਫਰੀਦਕੋਟ ਵੱਲੋਂ ਜਿੱਥੇ ਇਨਾਮ ਵੰਡੇ ਜਾ ਰਹੇ ਹੈ ਉੱਥੇ ਉਹਨਾਂ ਦੇ ਨਾਲ ਹਲਕਾ ਭੁੱਚੋ ਤੋਂ ਜੋ ਵਿਧਾਇਕ ਨੇ ਉਹ ਵੀ ਇੱਥੇ ਨਾਲ ਹਨ ਅਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਵੀ ਉਹਨਾਂ ਦੇ ਨਾਲ ਦਿਖਾਈ ਦੇ ਰਹੇ ਹਨ। ਇਹ ਮੁੱਖ ਮਹਿਮਾਨ ਇਨਾਮ ਵੰਡ ਸਮਾਰੋਹ ਦੇ ਵਿੱਚ ਪਹੁੰਚੇ ਹੋਏ ਸਨ ਅਤੇ ਉਹਨਾਂ ਨੇ ਜਿੱਥੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਕਿਹਾ ਕਿ ਸਾਡੇ ਬੱਚੇ ਨਸ਼ਿਆਂ ਤੋਂ ਬਚੇ ਰਹਿਣਗੇ। ਪੰਜਾਬ ਦੀਆਂ ਬਠਿੰਡਾ ਵਿਖੇ ਡਿਸਟ੍ਰਿਕਟ ਲੈਵਲ ਜਿਹੜਾ ਈਵੈਂਟ ਹੈਗਾ ਉਹ ਸਕਸੈਸਫੁਲੀ ਕੰਪਲੀਟ ਹੋ ਗਿਆ। ਉਹਦੇ ਲਈ ਮੈਂ ਜ਼ਿਲ੍ਹਾ ਪ੍ਰਸ਼ਾਸਨ, DC ਸਾਹਿਬ, ਸ਼ੌਕਤ ਸਾਹਿਬ ਔਰ MLA ਸਾਹਿਬ, AD ਸਾਹਿਬ ਰਾਹੁਲ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ। ਜਿਸ ਤਰ੍ਹਾਂ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਦਾ ਇੱਕ ਇਹੀ ਸੁਪਨਾ ਹੈਗਾ ਕਿ ਆਪਣੇ ਬੱਚਿਆਂ ਨੂੰ ਕਿੱਦਾਂ ਅੱਗੇ ਲਿਆਉਣਾ ਹੈਗਾ ਔਰ ਕਿੱਦਾਂ ਉਹਨਾਂ ਨੂੰ ਜਿਹੜਾ ਡਰੱਗਸ ਤੋਂ ਦੂਰ ਰੱਖਣਾ ਹੈ। ਇਹ ਬੜਾ ਹੀ ਵਧੀਆ ਉਪਰਾਲਾ ਹੈ ਕਿ ਇਹਨਾਂ ਨੂੰ ਖੇਡਾਂ ਦੇ ਨਾਲ ਲਗਾ ਕੇ ਡਰੱਗਸ ਤੋਂ ਦੂਰ ਰੱਖਣ ਦਾ ਇੱਕ ਉਪਰਾਲਾ ਬਹੁਤ ਹੀ ਸ਼ਾਨਦਾਰ ਹੈ, ਕਿਉਂਕਿ ਹਰ ਪਿੰਡ ਦੀ, ਸ਼ਹਿਰ ਦੀ, ਕੰਟਰੀ ਦੀ ਨੀਂਹ ਜਿਹੜੇ ਉਹ ਬੱਚੇ ਹੀ ਹੁੰਦੇ ਹਨ। ਸੋ ਮੈਂ ਤੁਹਾਨੂੰ ਵਾਰ ਵਾਰ ਦੁਬਾਰਾ ਇੱਕ ਵਾਰੀ ਮੁਬਾਰਕਬਾਦ ਦਿੰਦਾ DC ਸਾਹਿਬ ਨੂੰ, ਪ੍ਰਸ਼ਾਸਨ ਨੂੰ। ਥੈਂਕ ਯੂ ਜੀ। ਥੈਂਕ ਯੂ।